ਲਓ ਜੀ, ਪਹਿਲਾ ਗੋਲ ਤਾਂ ਹੋ ਗਿਆ, ਪਰ ਉਹ ਮੁੰਡੇ ਨਾਲ ਮੇਰੇ ਵਿਆਹ ਦੀ ਗੱਲ ਸੁਣ ਕੇ ਨਾ ਉਹਦੇ ਦਿਲ ਤੇ ਭੋਰਾ ਅਸਰ ਨਹੀਂ ਹੋਇਆ। ਭੋਰਾ ਅਸਰ ਨਹੀਂ ਹੋਇਆ? ਕੌਣ ਕਹਿੰਦਾ ਭੋਰਾ ਅਸਰ ਨਹੀਂ ਹੋਇਆ? ਹੋਇਆ, ਲੈ ਮੈਂ ਤਾਂ ਕਹਿੰਦਾ ਪੂਰਾ ਅਸਰ ਹੋਇਆ ਉਹਦੇ ਤੇ। ਅੱਛਾ, ਹੋਰ ਕੀ? ਫਿਰ ਅੱਗੇ ਕੀ ਕਰੀਏ? ਅੱਗੇ ਖੂਹ ਵਿੱਚ ਛਾਲ ਮਾਰ ਦੇ। ਹੈ, ਫਿਰ ਉਹ ਮੈਨੂੰ ਬਚਾਉਣਾ ਹੋਊਗਾ। ਯੈਸ, ਗੁੱਡ ਆਈਡੀਆ ਮੈਮ। ਆਈਡੀਆ ਦੀ ਲੱਗਦੀ ਏ ਪਿਆਰ ਨਾ ਮੁੰਡਿਆਂ ਨਾਲ ਨਹੀਂ ਹੁੰਦਾ, ਕੁੜੀਆਂ ਨਾਲ ਹੁੰਦਾ। ਮੈਂ ਕੁੜੀ ਨਹੀਂ ਹੈਗੀ। ਤੂੰ ਕਦੀ ਚੱਜ ਦੇ ਕੱਪੜੇ ਪਾ ਕੇ ਆਈ ਹੈ? ਤੂੰ ਮਤਲਬ ਇਹ ਚੱਜ ਦੇ ਕੱਪੜੇ ਨਹੀਂ ਹੈਗੇ? ਓ ਹੈਲੋ, ਮੈਡਮ ਜੀ ਦੇ ਕਹਿਣ ਦਾ ਮਤਲਬ ਪਤਾ ਕੀ ਹੈ? ਵੀ ਤੇਰੇ ਕੋਲ ਕੋਈ ਚੱਕਮਾਇਆ ਸੂਟ ਨਹੀਂ ਹੈਗਾ ਹੈਂ? ਤੈਨੂੰ ਨਹੀਂ ਪਤਾ, ਇਹ ਮੁੰਡੇ ਨਾ ਬੜੇ ਕਮੀਨੇ ਹੁੰਦੇ ਨੇ। ਇਹਨਾਂ ਨੂੰ ਮਗਰ ਲਾਉਣ ਲਈ ਨਾ ਗਲੈਮਰ ਦਾ ਥੋੜਾ ਜਿਹਾ ਤੜਕਾ ਲਾਣਾ ਪੈਂਦਾ ਹੈ। ਕਿਉਂ ਸੁਲਤਾਨ ਸਰ? ਮੈਨੂੰ ਤਾਂ ਪਹਿਲਾਂ ਹੀ ਲੱਗਿਆ ਹੋਇਆ ਜੀ। ਤੈਨੂੰ ਸੂਟ ਸੂਟ ਕਰਦਾ, ਤੈਨੂੰ ਸੂਟ ਸੂਟ ਕਰਦਾ, ਤੈਨੂੰ ਸੂਟ ਸੂਟ ਕਰਦਾ। ਕੀ ਹੈ ਸਰ? ਗੁਲਾਬ ਜਾਮਨ। ਗੁਲਾਬ? ਕਾਹਦੇ ਗੁਲਾਬ ਜਾਮਨ ਜੀ? ਪਾਲਟੀ ਮਨਰੀਤ ਦੀ। ਮਨਰੀਤ ਦੀ ਕਾਹਦੀ ਪਾਰਟੀ? ਹੁਣ ਜਨਮਦਿਨ ਤਾਂ ਹੈ ਨਹੀਂ, ਵਿਆਹ ਹੀ ਹੋਊ। ਰਿਸ਼ਤਾ ਪੱਕਾ ਹੋ ਗਿਆ ਫਿਰ? ਹੈ, ਹਾਂ ਹੋ ਗਿਆ। ਮੁਬਾਰਕਾਂ। ਲੈ ਫਿਰ ਖਾ ਲੈ। ਗੱਲ ਸੁਣ, ਮੇਰੀ ਕਜ਼ਨ ਦਾ ਰਿਸ਼ਤਾ ਪੱਕਾ ਹੋਇਆ। ਜੇ ਇੰਨਾ ਡਰ ਲੱਗਦਾ ਮੇਰੇ ਵਿਆਹ ਦਾ ਤਾਂ ਬੋਲਦਾ ਕਿਉਂ ਨਹੀਂ?